ਉਹ ਨਹੀਂ ਮੈਂ ਕਹਿ ਰਿਹਾ ਵੀ ਭਾਪੇ ਦੇ ਦੁਆਲੇ ਹੋ ਜਾਓ ਨਹੀਂ ਤੇ ਜੇ ਕਿਸੇ ਨੂੰ ਗਤਕਾ ਖੇਡਣ ਵਾਲੀ ਸੋਟੀ ਚਾਹੀਦੀ ਹੈ ਤੇ ਉਹ ਵੀਰ ਖਾਲਸਾ ਦੇ ਨਾਲ ਕੰਟੈਕਟ ਕਰ ਸਕਦਾ ਭੇਜ ਦੇਵਾਂਗੇ ਤੁਹਾਨੂੰ ਕੋਰੀਅਰ ਰਾਹੀਂ ਹੁਣ ਤਾਂ ਨਹੀਂ ਸਾਡੇ ਕੋਲ ਹੈਗੀਆਂ ਤੇ ਤੁਸੀਂ ਘਰ ਦੇ ਵਿੱਚ ਇਹਨੂੰ ਚਲਾਉਣਾ ਸ਼ੁਰੂ ਕਰੋਗੇ ਤੁਹਾਨੂੰ ਪਤਾ ਲੱਗੇਗਾ ਖਾਲਸਾ ਸਪਿਰਿਟ ਹੈ ਕੀ ਆ ਤੁਹਾਨੂੰ ਪਤਾ ਲੱਗੇਗਾ ਕਿ ਸਿੱਖੀ ਦੀ ਮਾਰਸ਼ਲ ਸਪਿਰਿਟ ਹੈ ਕੀ ਆ ਦੇਖੋ ਇੱਕ ਹੱਥ ਵਿੱਚ ਮਾਲਾ ਤੇ ਦੂਸਰੇ ਹੱਥ ਦੇ ਵਿੱਚ ਜਿਹੜਾ ਹੈ ਭਾਲਾ ਫੜਨਾ ਚਾਹੀਦਾ ਇੱਕ ਮਾਲਾ ਇੱਕ ਭਾਲਾ ਫੇਰ ਖਾਲਸਾ ਸੱਜਦਾ ਮੇਰੀ ਪੀਰੀ ਦਾ ਪ੍ਰਤੀਕ ਫੇਰ ਸਭ ਸੰਤ ਸਿਪਾਹੀ ਤੇ ਭਗਤ ਸੂਰਮਾ ਤਾਂ ਬਣਦਾ ਹੈ ਜੇਕਰ ਉਹ ਇੱਕ ਪਾਸੇ ਮਾਲਾ ਫੜੀ ਹੋਏ ਤੇ ਦੂਸਰੇ ਪਾਸੇ ਕਿਰਪਾਨ ਫੜੀ ਹੋਏ ਸੋ ਇਸ ਲਈ ਭਾਈ ਜਿੱਥੇ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰਨਾ ਹੈ ਉੱਥੇ ਨਾਲ ਹੀ ਮਾਰਸ਼ਲ ਆਰਟ ਜ਼ਰੂਰ ਸਿੱਖਣਾ ਆਪਣੇ ਬੱਚਿਆਂ ਨੂੰ ਮਾਰਸ਼ਲ ਆਰਟ ਦੀ ਕਲਾਸ ਦੇ ਵਿੱਚ ਜ਼ਰੂਰ ਭੇਜਿਆ ਕਰੋ ਤਾਂ ਕਿ ਉਹਨਾਂ ਦਾ ਮਨੋਬਤ ਵੱਧ ਜੇ ਕਿਉਂਕਿ ਹੁਣ ਕਹਿੰਦੇ ਪਤਾ ਕੀ ਆ ਜੇ ਗੱਲ ਕੋਈ ਕਰੀਏ ਤਾਂ ਕਹਿ ਦਿੰਦੇ ਨੇ ਲਓ ਜੀ ਗੱਲ ਅਸਲ 'ਚ ਆ ਕਿ ਹੁਣ ਇਹਨਾਂ ਸ਼ਸਤਰਾਂ ਦੀ ਕੋਈ ਗੱਲ ਨਹੀਂ ਰਹਿ ਗਈ ਇਹਨਾਂ ਸ਼ਸਤਰਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ ਤੁਸੀਂ ਇੱਕ ਚੀਜ਼ ਵੇਖੀ ਆ ਹਾਲੇ ਕੱਲ ਪਰਸੋਂ ਹੀ ਫੌਜ ਦਾ ਭਾਰਤੀ ਫੌਜ ਦਾ ਤੇ ਚਾਈਨਾ ਦੀ ਫੌਜ ਦਾ ਮੁਕਾਬਲਾ ਹੋਇਆ ਸੀ ਯਾਦ ਜੇ ਕਿ ਨਹੀਂ ਤੁਹਾਨੂੰ ਯਾਦ ਆ ਨਾ ਸਾਰਿਆਂ ਨੂੰ ਮੈਂ ਜਿਹੜਾ ਇਹ ਲਦਾਖ ਵਾਲਾ ਨਹੀਂ ਕਹਿ ਰਿਹਾ ਨਹੀਂ ਇਹ ਨਵਾਂ ਜਿਹੜਾ ਹੁਣ ਹੋਇਆ ਅਰੁਣਾਚਲ ਦੇ ਵਿੱਚ ਹੋਇਆ ਉੱਥੇ ਸਾਡੇ ਸੂਰਮਿਆਂ ਨੇ ਸਾਡੇ ਖਾਲਸਿਆਂ ਨੇ ਸਾਡੇ ਸਿੰਘਾਂ ਨੇ ਸਾਡੇ ਸਿੰਘਾਂ ਨੇ ਉੱਥੇ ਡਾਂਗਾ ਮਾਰ ਮਾਰ ਕੇ ਚਾਈਨੀ ਭਜਾ ਦਿੱਤੇ ਤੁਸੀਂ ਵੇਖੀ ਕਿਸੇ ਨੇ ਪੋਸਟ ਕਿ ਨਹੀਂ ਹੋ ਬਾਈ ਵੇਖੀਆਂ ਨੇ ਔਰ ਵੇਖ ਕੇ ਉਹਨਾਂ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਸਾਡਾ ਵਿਰਸਾ ਹੈ ਉੱਥੇ ਖਾਲਸਾ ਫੌਜ ਕਿਉਂਕਿ ਸਾਰੇ ਥਾਈ ਜਿੱਥੇ ਕਿਤੇ ਸੈਂਸਿਟਿਵ ਪੁਆਇੰਟ ਨੇ ਦੇਸ਼ ਦੇ ਉੱਥੇ ਕੌਣ ਬੈਠਾ ਉੱਥੇ ਤੁਸੀਂ ਬੈਠੇ ਹੋ ਸਾਰੇ ਖਾਲਸੇ ਬੈਠੇ ਹੋ ਤੁਹਾਨੂੰ ਉੱਥੇ ਲਾਇਆ ਗਿਆ ਜਿੱਥੇ ਸੈਂਸਿਟਿਵ ਪੁਆਇੰਟ ਆ ਜਿੱਥੇ ਰੋਜ਼ਾਨਾ ਜੰਗ ਹੁੰਦੀ ਆ ਤੇ ਉੱਥੇ ਵੀ ਆਣ ਕੇ ਜਿਸ ਵੇਲੇ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੜਨ ਦਾ ਯਤਨ ਕੀਤਾ ਸਾਡੀ ਸੀਮਾ ਲੰਘਣ ਦਾ ਯਤਨ ਕੀਤਾ ਤੇ ਫਿਰ ਉੱਥੇ ਗੋਲੀ ਚਲਾਉਣ ਦਾ ਤੇ ਆਰਡਰ ਹੈ ਨਹੀਂ ਸੀ ਤੇ ਸਾਡੇ ਖਾਲਸਿਆਂ ਨੇ ਇਹੀ ਗਤਕਾ ਫਿਰ ਸਿੱਖਿਆ ਸੀ ਉੱਥੇ ਇਹੀ ਗਤਕਾ ਖੇਡਿਆ ਤੇ ਚਾਈਨੀ ਜਿਹੜੇ ਸੀ ਉਹ ਆਏ 5-7 ਹਜ਼ਾਰ ਦੀ ਫੌਜ ਸੀ ਤੇ ਸਾਡੀ ਤੇ ਛੋਟੀ ਜਿਹੀ ਇੱਕ ਟੁਕੜੀ 20-ਕ ਬੰਦਿਆਂ ਦੀ ਉਹਨਾਂ ਕੁੱਟ ਕੁੱਟ ਕੇ ਭਜਾਏ ਨਾ ਤੇ ਫਿਰ ਇਹ ਸ਼ਸਤਰ ਫਿਰ ਕਿੱਦਾਂ ਕਹੀਏ ਵੀ ਸ਼ਸਤਰ ਤੇ ਕੰਮ ਨਹੀਂ ਹੋਣ ਆਉਂਦੇ ਦੂਸਰਾ ਲੇਹ ਲਦਾਖ ਦੇ ਵਿੱਚ ਇੱਕ ਸਿੱਖ ਨੇ ਜਿਹੜਾ ਅਮਰਧਾਰੀ ਸੀ ਛੋਟੀ ਸ੍ਰੀ ਸਾਹਿਬ ਪਾਈ ਸੀ ਉਹ ਵੀ ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਊਗਾ ਕਿ ਉਹਨੇ 20 ਚਾਈਨੀ ਜਿਹੜੇ ਲਹੂ ਲਹਾਨ ਕਰਕੇ ਮਾਰ ਕੇ ਨਦੀ ਦੇ ਵਿੱਚ ਸੁੱਟ ਦਿੱਤੇ ਸੀ ਉਹਨੇ ਔਰ ਉੱਥੇ ਜਿਹੜੀ ਉਹ ਝੀਲ ਬਣੀ ਹੋਈ ਉਹਦੇ ਵਿੱਚ ਸੁੱਟ ਦਿੱਤੇ ਸੀ ਔਰ ਫਿਰ ਉਹ ਬਾਅਦ 'ਚ ਸ਼ਹੀਦ ਹੋਇਆ ਸੀ ਉਹ ਵੀ ਤਾਂ ਪੈਰ ਫਿਸਲ ਗਿਆ ਤਾਂ ਸ਼ਹੀਦ ਹੋਇਆ ਤੇ ਫਿਰ ਇਹ ਗੱਲ ਹੈਗੀ ਆ ਨਾ ਸਾਨੂੰ ਇਹ ਚਲਾਉਣੀ ਆਉਣੀ ਚਾਹੀਦੀ ਆ ਸਾਨੂੰ ਸਿੱਖਣੀ ਚਾਹੀਦੀ ਆ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਸ੍ਰੀ ਸਾਹਿਬ ਪਾ ਲਈ ਆ ਉਹਨਾਂ ਨੂੰ ਵੀ ਚਲਾਉਣੀ ਸਿੱਖਣੀ ਚਾਹੀਦੀ ਆ ਤੇ ਜੇ ਕਹਿੰਦੇ ਸਿੱਖਣੀ ਹੋਊਗੀ ਤੇ ਵੀਰ ਖਾਲਸਾ ਦਲ ਦੇ ਕੈਂਪ ਦੇ ਵਿੱਚ ਆ ਜੇ ਅਸੀਂ ਫ੍ਰੀ ਸਿਖਾ ਕੇ ਦੱਸਾਂਗੇ ਕਿ ਇਹਦੇ ਨਾਲ ਆਪਣੀ ਰੱਖਿਆ ਕਿਵੇਂ ਕਰਨੀ ਹੈ ਸੋ ਇਸ ਕਰਕੇ ਜਿਹੜਾ ਕੋਈ ਤੁਹਾਨੂੰ ਇਹ ਸਵਾਲ ਕਰੇ ਕਿ ਭਾਈ ਹੁਣ ਤੇ ਇਹਦੀ ਕੋਈ ਰੈਲੀਵੈਂਸੀ ਕੋਈ ਨਹੀਂ ਰਹਿ ਗਈ ਹੁਣ ਤੇ ਬੰਬ ਆ ਗਏ ਨੇ ਹੁਣ ਤੇ ਤੋਪਾਂ ਆ ਗਈਆਂ ਨੇ ਹੁਣ ਤੇ ਬੜੇ ਬੜੇ ਰਾਕਟ ਆ ਗਏ ਨੇ ਭਾਵੇਂ ਸਭ ਕੁਝ ਹੀ ਆ ਗਿਆ ਜਦੋਂ ਅਸਲਾ ਮੁੱਕ ਜਾਂਦਾ ਬਰੂਦ ਮੁੱਕ ਜਾਂਦਾ ਰਫਲਾਂ ਟੁੱਟ ਜਾਂਦੀਆਂ ਨੇ ਬੰਬ ਜਿਹੜੇ ਚੱਲਣੋਂ ਹਟ ਜਾਂਦੇ ਨੇ ਫਿਰ ਲੜਾਈ ਹੱਥੋ ਹੱਥ ਹੁੰਦੀ ਆ ਤੇ ਹੱਥੋ ਹੱਥ ਲੜਾਈ ਦੇ ਵਿੱਚ ਫਿਰ ਰਵਾਇਤੀ ਸ਼ਸਤਰ ਹੀ ਚੱਲਦੇ ਨੇ ਸੋ ਇਸ ਕਰਕੇ ਭਾਈ ਆਪਣੇ ਬੱਚਿਆਂ ਨੂੰ ਪੰਥ ਨਾਲ ਜੋੜੋ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੋ ਜੇ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਆ ਤੇ ਅੱਜ ਜੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦਾ ਅੱਜ ਅਸੀਂ ਇੱਥੇ ਦਿਹਾੜਾ ਮਨਾ ਰਹੇ ਹਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਮੈਂ ਫਿਰ ਤੇ ਉਹਨਾਂ ਇਹ ਨਹੀਂ ਵੇਖਿਆ ਵੀ ਪੈਂਟ ਕਮੀਜ਼ 'ਚ ਕੌਣ ਹੈ ਤੇ ਚੋਲੇ 'ਚ ਕੌਣ ਹੈ ਤੇ ਬਾਣੇ 'ਚ ਕੌਣ ਹੈ ਸੋ ਇਸ ਲਈ ਇਹ ਜਿਹੜਾ ਅਸੀਂ ਬਾਣੇ 'ਚ ਇਸ ਕਰਕੇ ਕਰਦੇ ਹਾਂ ਕਿ ਬਾਣੇ ਦੀ ਜਿਹੜੀ ਉਹ ਪ੍ਰਮੋਸ਼ਨ ਹੁੰਦੀ ਹੈ ਬਾਣਾ ਜਿਹੜਾ ਨਾਲ ਜਾਂਦਾ ਹੈ ਸੋ ਇਸ ਲਈ ਭਾਈ ਇਹ ਕਦੀ ਮਨ ਦੇ ਵਿੱਚ ਨਹੀਂ ਲੈ ਕੇ ਆਉਣਾ ਕੁਝ ਲੋਕ ਸਵਾਲ ਕਰਦੇ ਨੇ ਕਿ ਬਾਣੇ ਦੇ ਵਿੱਚ ਤੁਸੀਂ ਇਹ ਕੰਮ ਕਰਦੇ ਹੋ ਚੋਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਕਿਉਂ ਕੀਤਾ ਭਲਾ ਇਹ ਠੀਕ ਆ ਵੀ ਅਸੀਂ ਇੱਕ ਧੁੰਨੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਪੈਂਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਪੈਂਟਾਂ ਪੁੰਟਾਂ ਕੀ ਹੁਣ ਤੇ ਮੈਂ ਵੇਖਿਆ ਇਹ ਆ ਕਿ ਪਹਿਲੋਂ ਲੋਕ ਪਿਛਲਿਆਂ ਸਮਿਆਂ ਦੇ ਵਿੱਚ ਲੋਕ ਜਿਹੜੇ ਕੱਪੜੇ ਪਾਉਂਦੇ ਤਨ ਨੂੰ ਢੱਕਣ ਵਾਸਤੇ ਪਾਉਂਦੇ ਸੀ ਸਿੰਘ ਸਾਹਿਬ ਇੱਥੇ ਬੈਠੇ ਨੇ ਅੱਜ ਜਿਹੜੇ ਲੋਕ ਕੱਪੜੇ ਪਾਉਂਦੇ ਉਹ ਆਪਣਾ ਜਿਸਮ ਵਿਖਾਲਣ ਵਾਸਤੇ ਪਾਉਂਦੇ ਨੇ ਤੇ ਵਿਸ਼ੇਸ਼ ਤੌਰ ਤੇ ਬੀਬੀਆਂ ਦਾ ਇਹ ਹਾਲ ਆ ਅੱਜ ਜਿਸਮ ਵਿਖਾਉਣ ਵਾਸਤੇ ਕੱਪੜੇ ਪਾਏ ਜਾਂਦੇ ਜਿਸਮ ਨੂੰ ਲੁਕਾਉਣ ਵਾਸਤੇ ਨਹੀਂ ਸੋ ਇਸ ਲਈ ਇਹ ਬਾਣਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਸੀ ਜੋ ਅਸੀਂ ਹੁਣ ਕਰ ਰਹੇ ਹਾਂ ਨਾ ਉਹ ਉਦੋਂ ਲੋਕਾਂ ਨੂੰ ਕੱਪੜਾ ਮਿਲਦਾ ਹੀ ਨਹੀਂ ਕੋਈ ਸੂਤ ਨਾ ਬੰਨ ਕੇ ਰੱਖਦਾ ਸੀ ਕੋਈ
ਲੀਰਾ ਬੰਨ ਕੇ ਰੱਖਦਾ ਸੀ, ਕੋਈ ਪੱਤੇ ਬੰਨ ਕੇ ਰੱਖਦਾ ਸੀ, ਕਿਸੇ ਨੂੰ ਕੱਪੜਾ ਤੇ ਜੁੜਦਾ ਹੀ ਨਹੀਂ। ਮੁੰਨ ਮੁੰਨ ਕੇ ਉਹਦੇ ਤੇ ਰੰਗ ਜਿਹੜੇ ਲਾਉਣ ਡੇ, ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਇਹ ਕੀ ਆ? ਇਹ ਕਹਿੰਦਾ ਉਹ ਜਿਸ ਤਰ੍ਹਾਂ ਦੇ ਤੁਹਾਡੇ ਨਿਆਣੇ ਵਾਲ ਬਣਾਉਣ ਡੇ, ਅੱਜ ਕੱਲ ਪੰਜਾਬ ਚ ਉਦਾਂ ਦੇ ਅਸੀਂ ਖੋਤੇ ਮੁੰਨਨੇ ਤੇ ਗਏ। ਵੱਖਰਾ ਹੀ ਕੰਮ ਕਰ ਦਿੱਤਾ ਕਈਆਂ ਨੇ ਸਿਰ, ਉਹ ਲੋਕੀ ਥਾਂ ਨੂੰ ਤੇ ਵਾਲ ਵਾਹੁੰਦੇ ਵੇਖੇ ਨੇ, ਇੱਥੇ ਜੰਦ ਲਾ ਕੇ ਤੇ ਤਾਲਿਬਾਨਾਂ ਦੀਆਂ ਤੋਪਾਂ ਵਾਂਗੂ ਤਾਹ ਨੂੰ ਕਰ ਦਿੰਦੇ ਨੇ ਵਾਲ, ਪਤਾ ਨਹੀਂ ਨਵਾਂ ਹੀ ਕੰਮ ਆ ਗਿਆ। ਕਿਸੇ ਨੇ ਐਂ ਕਰਕੇ ਉੱਤੇ ਫੰਬਸ ਜਿਹਾ ਬਣਾਇਆ ਸੜੇ ਗੋਭੀ ਦੇ ਫੁੱਲ ਵਰਗਾ, ਉਹ ਲੈ ਕੇ ਤੁਰਿਆ ਫਿਰਦਾ। ਉਹ ਹੋਈ ਗੱਲ ਤੇ ਕਈਆਂ ਨੇ ਨਾ ਯਾਰ, ਇਹ ਤਾਂ ਗੱਲ ਜਕਾਰਾ ਗਜਾਉਣ ਵਾਲੀ ਨਹੀਂ ਜੇ, ਇਹ ਤਾਂ ਗੱਲ ਦੁੱਖ ਦੀ ਆ। ਮੈਨੂੰ ਪਤਾ ਇੱਕ ਵਾਰ ਇੱਕ ਮੁੱਖ ਮੰਤਰੀ, ਮੈਂ ਨਾਂ ਨਹੀਂ ਲੈਣਾ, ਉਹ ਸਟੇਜ ਤੇ ਗੱਲ ਕਰ ਰਿਹਾ, ਕਹਿੰਦਾ ਸਾਡੀ ਵਿਰੋਧੀ ਪਾਰਟੀ ਜਿਹੜੀ ਆ ਸਾਨੂੰ ਕਹਿੰਦੀ ਅਸੀਂ ਗਏ ਖਜ਼ਾਨਾ ਚੁੱਕ ਕੇ ਲੈ ਗਏ, ਸਾਡੀ ਵਿਰੋਧੀ ਪਾਰਟੀ ਹੁਣ ਗਈ ਹੈ ਖਜ਼ਾਨਾ ਚੱਟ ਕੇ ਹੀ ਲੈ ਗਈ ਆ ਕਹਿੰਦੀ ਹੈ। ਇੱਕ ਜਣਾ ਕਹਿੰਦਾ ਬੋਲੇ ਸੋ ਨਿਹਾਲ, ਉਹ ਕਹਿੰਦਾ ਉਹ ਭਰਾਵਾ ਇਹ ਕੋਈ ਬੋਲੇ ਸੋ ਨਿਹਾਲ ਤੇ ਗੱਲ ਹੀ ਨਹੀਂ, ਉਹ ਤਾਂ ਖਜ਼ਾਨਾ ਲੁੱਟ ਕੇ ਲੈ ਗਏ ਨੇ, ਤੁਸੀਂ ਬੋਲੇ ਸੋ ਬੋਲੇ ਸੋ ਨਿਹਾਲ ਕੇ ਜਾਇਆ ਕਰੋ, ਪਰ ਥੋੜਾ ਬਹੁਤਾ ਸੋਚ ਵਿਚਾਰ ਕੇ। ਸੋ ਇਸ ਲਈ ਜਿਹੜੀ ਮੈਂ ਬੇਨਤੀ ਕੀਤੀ ਸੀ ਕਿ ਜੇ ਸਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰੂਪ ਬਖਸ਼ਿਆ ਤੇ ਅਸੀਂ ਕਿਉਂ ਵਿਗਾੜਦੇ ਆ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ, ਜਿਨ੍ਹਾਂ ਨੇ ਕੇਸ ਕਤਲ ਕਰਾਏ ਨੇ, ਮੈਂ ਨਿੱਕੀ ਜੀ ਗੱਲ ਕਰਕੇ ਬਹਿ ਜਾਣਾ ਕਿਉਂਕਿ ਸਾਡਾ ਜਿਹੜਾ ਸੌਂਕ ਤਿਆਰ ਆ, ਆਈਟਮ ਤਿਆਰ ਆ, ਬਿਲਕੁਲ ਇਹ ਗੱਲ ਮੈਂ ਤੁਹਾਡੇ ਨਾਲ ਅੱਗੇ ਕਰਾਂਗਾ ਕਿਉਂਕਿ ਤੁਹਾਨੂੰ ਇਹ ਵੀ ਰਸ ਜਿਹੜਾ ਦਿਖਾਉਣਾ ਵੀ ਰਸ। ਆਓ ਜੀ, ਕਹਿੰਦੇ ਇੱਕ ਮਿੰਟ ਰਹਿ ਗਿਆ, ਮੈਂ ਇੱਕ ਮਿੰਟ 'ਚ ਪੂਰੀ ਕਰ ਦਿੰਦਾ ਗੱਲ ਤੁਹਾਡੇ ਨਾਲ, ਮੈਂ ਸਾਂਝ ਪਾ ਦਿੰਦਾ ਗੱਲ ਦੀ ਤੁਹਾਡੇ ਨਾਲ ਕਿ ਜਿਹੜੇ ਅਸੀਂ ਕੇਸ ਕਤਲ ਕਰਾ ਦਿੰਦੇ ਹਾਂ, ਅੱਜ ਇੱਕ ਨਵੀਂ ਬਿਮਾਰੀ ਚੱਲ ਗਈ ਸਿੰਘ ਸਾਹਿਬ, ਇੱਥੋਂ ਹੋਕਾ ਦਿਓ ਤਖਤ ਸਾਹਿਬ ਤੋਂ, ਜੇ ਕਿਤੇ ਸਿੱਖ ਕੌਮ ਇਹ ਗੱਲ ਸਮਝ ਜਾਏ, ਜੇ ਇਹਨਾਂ ਦੀ ਸਮਝ ਪੈ ਜਾਏ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਵਾਲ ਖਰੀਦਣ ਵਾਲੇ ਹੋਕਾ ਦਿੰਦੇ, ਉਹਨਾਂ ਦਾ ਸਪੀਕਰ ਬੱਧੇ ਨੇ ਸਾਈਕਲਾਂ ਤੇ ਮੋਟਰਸਾਈਕਲਾਂ ਤੇ, ਉਹ ਕਹਿੰਦੇ ਵਾਲ ਵੇਚ 2000 ਰੁਪਏ ਕਿਲੋ, 1000 ਰੁਪਏ ਦਾ ਅੱਧਾ ਕਿਲੋ, 500 ਦੇ ਪਾਈਆ, ਤੇ ਉਹ ਨਾਲ ਦੀ ਨਾਲ ਸਾਰਾ ਰੇਟ ਦੱਸੀ ਜਾਂਦੇ ਨੇ ਕਿ ਤੁਹਾਨੂੰ 100 ਗ੍ਰਾਮ ਦਾ 200 ਰੁਪਇਆ ਮਿਲ ਜਾਊਗਾ। ਤੇ ਮੈਨੂੰ ਅਫਸੋਸ ਹੋ ਰਿਹਾ, ਮੈਨੂੰ ਦੁੱਖ ਹੋ ਰਿਹਾ ਕਿ ਇਹ ਇੱਕ ਬਿਮਾਰੀ ਪੰਜਾਬ 'ਚ ਚੱਲ ਗਈ, ਸਿੱਖਾਂ ਦੇ ਕਈਆਂ ਮੁੰਡਿਆਂ ਨੇ ਕੇਸ ਕਤਲ ਕਰਵਾ ਕੇ ਵੇਚ ਕੇ ਸਮੈਕ ਪੀ ਲਈ ਹੈ। ਦੁੱਖ ਦੀ ਗੱਲ ਹੈ, ਇਹ ਬਹੁਤ ਘਟੀਆ ਗੱਲ ਹੈ। ਇਸ ਪਾਸੇ ਨੂੰ ਤੁਰ ਕੇ ਤੁਰ ਗਏ ਨੇ ਸਾਡੇ ਹਾਕਮਾਂ ਨੇ, ਸਾਡੇ ਰਾਜ ਕਰਨ ਵਾਲਿਆਂ ਨੇ, ਸਾਡੇ ਆਗੂਆਂ ਨੇ ਕੌਮ ਨੂੰ ਖੀਣ ਕਰ ਦਿੱਤਾ। ਇਹੋ ਹੀ ਵੀਰ ਖਾਲਸਾ ਨੇ ਬੀੜਾ ਚੁੱਕਿਆ ਕਿ ਜਿਹੜੀ ਸਾਡੀ ਕੌਮ ਭਟਕ ਗਈ ਆ, ਜਿਹੜਾ ਨੌਜਵਾਨ ਸਾਡਾ ਭਟਕ ਗਿਆ, ਵੀਰ ਖਾਲਸਾ ਯਤਨ ਕਰ ਰਿਹਾ ਕਿ ਉਹਨੂੰ ਆਪਣੀਆਂ ਲੀਹਾਂ ਤੇ ਲਿਆ ਕੇ ਆਪਣੇ ਵਿਰਸੇ ਦੇ ਨਾਲ ਜੋੜਿਆ ਜਾਵੇ, ਸਿੱਖੀ ਸਰੂਪ ਨਾਲ ਜੋੜਿਆ ਜਾਵੇ, ਸਿੱਖੀ ਸਿਧਾਂਤ ਨਾਲ ਜੋੜਿਆ ਜਾਵੇ, ਸਿੱਖੀ ਦੇ ਪਹਿਰੇਦਾਰ ਬਣਾਇਆ ਜਾਏ, ਸਿੱਖੀ ਦੇ ਅਸਲ ਸਿੱਖ ਬਣਾਏ ਜਾਣ। ਸੋ ਇਸ ਲਈ ਮੇਰੀ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਕੇਸ ਕਤਲ ਕਰਾਉਂਦੇ ਹੋ, ਇਹ ਗੱਲ ਸੁਣ ਲਵੋ ਕਿ ਸ਼ੇਰ ਜਿੰਨਾ ਇੱਕ ਸ਼ੇਰ ਜਿੰਨਾ ਵੱਡਾ ਅਯਾਲ ਹੋਏਗਾ, ਸ਼ੇਰ ਦੇ ਧੌਣ ਦੇ ਦੁਆਲੇ ਜਿੰਨੇ ਵੱਧ ਵਾਲ ਹੋਣਗੇ, ਉਹਨਾਂ ਵੱਧ ਬਾਦਸ਼ਾਲੀ ਹੋਏਗਾ। ਸੋ ਤਿਆਰੀ ਆ, ਅਗਲੀ ਗੱਲ ਮੈਂ ਤੁਹਾਡਾ ਕਰਾਂਗਾ ਕੇਸਾਂ ਦਾ ਹੀ, ਇਹ ਪੂਰਾ ਚੈਪਟਰ ਮੁਕਾ ਕੇ ਫਿਰ ਗਾਂ ਤੁਰਾਂਗੇ। ਲਓ ਵੀਰ ਖਾਲਸਾ ਪੇਸ਼ ਕਰ ਰਹੇ ਨੇ ਭਾਈ ਕਮਲਜੀਤ ਸਿੰਘ ਜੀ ਦੀ ਅਗਵਾਈ ਹੇਠ ਇੱਕ ਤੁਹਾਡੇ ਸਾਹਮਣੇ ਐਕਟ ਕਿ ਕਿਵੇਂ ਸਾਡੇ ਉੱਤੇ ਤਸ਼ੱਦਦ ਹੋਇਆ ਤੇ ਸਾਨੂੰ ਕਿਵੇਂ ਬਰਫਾਂ ਦੇ ਉੱਤੇ ਪਾ ਪਾ ਕੇ ਮਾਰਿਆ ਗਿਆ, ਕੁੱਟਿਆ ਗਿਆ, ਟੌਰਚਰ ਕੀਤਾ ਗਿਆ। ਮੇਰੇ ਵੀਰ, ਮੇਰੇ ਛੋਟੇ ਵੀਰ ਸਿਮਰਨਜੀਤ ਸਿੰਘ ਜੀ ਰਈਆ, ਇਹ ਤੁਹਾਨੂੰ ਅਗਲਾ ਐਕਸਪਲੇਨ ਕਰਨਗੇ। ਵਾਹਿਗੁਰੂ, ਆਓ ਖਾਲਸਾ ਜੀ। ਵੀਰ ਖਾਲਸਾ ਗਰੁੱਪ ਦਾ ਜਿਹੜਾ ਉਹ ਸੀਨ, ਉਹ 84 ਦਾ ਵਾਕਾ, ਕਿਉਂਕਿ ਖਾਲਸਾ ਜੀ ਇੱਥੇ ਬਜ਼ੁਰਗ ਵੀ ਬੈਠੇ ਆ, ਜਾਣਦੇ ਆ 84 ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਅਤਿਆਚਾਰ ਹੋਇਆ, ਕਿਉਂਕਿ ਖਾਲਸਾ ਜੀ ਕੋਈ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਸੀ, ਕੋਈ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਜਾਂਦਾ ਸੀ, ਕੋਈ ਬਾਜ਼ਾਰ ਸਮਾਨ ਲੈਣ ਗਿਆ ਤੇ ਖਾਲਸਾ ਜੀ ਮੁੜ ਕੇ ਘਰ ਵਾਪਸ ਨਾ ਮੁੜਿਆ, ਉੱਥੇ ਹੀ ਦਿੱਲੀ ਦੀਆਂ ਗਲੀਆਂ ਦੇ ਵਿੱਚ ਜਿਹੜਾ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ, ਉਹਨਾਂ ਨੂੰ ਮਿਰਚਾਂ ਵਾਲੀਆਂ ਬੋਰੀਆਂ 'ਚ ਪਾ ਪਾ ਕੁੱਟਿਆ ਗਿਆ ਖਾਲਸਾ ਜੀ। ਤੇ ਸੰਨ 84 ਤੋਂ ਲੈ ਕੇ 92 ਦੇ ਵਿੱਚ ਦੀ ਗੱਲ ਇਹ ਮੈਂ ਤੁਹਾਨੂੰ ਦੱਸਣ ਜਾ ਰਿਹਾ, ਕਿਉਂਕਿ ਖਾਲਸਾ ਜੀ ਇੱਕ ਭੈਣ ਸੀ ਬੀਬੀ ਰੇਸ਼ਮ ਕੌਰ, ਤੇ ਉਹਦਾ 8 ਮਹੀਨੇ ਦਾ ਇੱਕ ਛੋਟਾ ਜਿਹਾ ਬੱਚਾ ਉਸਦੀ ਗੋਦ ਦੇ ਵਿੱਚ ਸੀ, ਤੇ ਉਹਦਾ ਘਰ ਵਾਲਾ ਜਿਹੜਾ ਸੀ 84 ਦੇ ਸਮੇਂ ਦੇ ਵਿੱਚ ਉਹਨੂੰ ਆਤਮਵਾਦੀ ਕਰਾਰ ਦਿੱਤਾ ਗਿਆ ਸੀ, ਤੇ ਪੁਲਿਸ ਜਦੋਂ ਉਹਨੂੰ ਭਾਲਦੀ ਫਿਰਦੀ ਸੀ ਤੇ ਉਹਦੇ ਪਰਿਵਾਰ ਨੂੰ ਪੁਲਿਸ ਨੇ ਚੁੱਕਿਆ ਤੇ
जेलों के वाड़िया उन्होंने नाल तशद्दुद किया गया, उन्होंने टॉर्चर किया गया। पर खालसा जी जो भैन रेशम कौर ने अपने घर वाले बारे ना दसिया तो वह 8 महीने का छोटा जिहा बच्चा उस भैन की गोद के विचों चुकिया ते खालसा जी बर्फ के उत्ते लटा दिता गया ते फिर उसनु बर्फ के उत्ते लटा के शहीद किया गया ते छोटे छोटे टोटे करके ये खालसा जी नु बर्फ तो चुकिया गया। क्योंकि अजकल खालसा जी बच्चे इस तरीके दे नाल आपां क्योंकि मावां ना जे बच्चे नू टीका लाउणा पै जाए तो माँ का रोण पहला निकल जाता, बच्चे नू कोई निक्की जी सट लग जाए ना तो माँ का अंदरों अंदरी दिल रोण लग पैंदा ते माँ दे अथरू भी निकल आउंदे। पर खालसा जी धन ने वह मावां जिन्हां ने इहो जे सूरमियां नू जन्म दिता। आओ खालसा जी वीर खालसा ग्रुप का योधा सूरबीर बिल्कुल तैयार पर तैयार ते देखदे आ किस तरीके दे नाल जेड़ा उस छोटे जे बच्चे दे नाल तशद्दुद होया सी उस वाके नू जेड़ा ए साडा वीर संगतां दे सामने संगतां दे मनां दे विच दिलां दे विच याद करवाउण वास्ते बिल्कुल तैयार पर तैयार आ। ते आओ खालसा जी रेडी 1 2 3 स्टार्ट एट
खालसा जी जयकारा उन्हां शहीदां सिंघां वास्ते छड्या जिन्हां ने अपने शरीर अपना धड़ अपना सारा कुछ सिख कौम लई वार दिता ते उन्हां सिंघां दी शहीदी दे जयकारा छड्या उन्हां नूं चढ़दी कला दे विच जिहड़ा जयकारा आपां जवाब सारी संगत ने देना दोनों हाथ खड़े करके क्योंकि आ खालसा जी हाँ खड़े हो गए आ जिहड़ा सीन है ना ये खालसा जी छोटे जे बच्चे दे उत्ते होया सी 8 महीने दा ओ छोटा जिहा बच्चा खालसा जी सोच के वेखो उस बच्चे दे उत्ते की बीती होवेगी जदों नूं बर्फ दे उत्ते पाउंदे सी फिर चुक लैंदे सी फिर पाउंदे सी ते फिर चुक लैंदे सी ते ओ सीन साडी टीम दा ए सूरबीर सिंह जकारा छड्डूगा कोई भी शरीर वांझा ना रहे सारी शरीर ते जिन्ने भी इत्थे बैठे आ जवाब देना गज के सिंह जकारा छड्डूगा बोले सोनहारे ते आओ खालसा जी क्योंकि खालसा जी कुछ क गल्लां जिहड़ियां संगत दे नाल करन वालियां भी ने ते दो चार मिनट दा जिहड़ा समां आ मगर खालसा जी ये जिहड़ा सीन हुण आप जी दे सामने करन जा रहे आ ये खालसा हाँ भाई साहब एलसीडी दे उत्ते बैक जिहड़ी अमेरिकाज़ गॉट टैलेंट वाली वीडियो चला दो नाल नाल खालसा जी ये सीन जिहड़ा वीर खालसा ग्रुप दा रजिस्टर्ड सीन आ ये आस्ट्रेलिया वाली लाइन भी आस्ट्रेलिया वाली मणि भाजी एक वारी आप चेक कर लो वीडियो ते खालसा जी देशां विदेशां दे विच जिहड़ा ये संगत दे प्यार दे नाल ਵੀ ਖਾਲਸਾ ਗਰੁੱਪ ਨੇ ਧੁੰਮਾ ਪਾਈਆਂ ਇਸ ਐਕਟ ਦੀ ਬਦੌਲਤ ਖਾਲਸਾ ਜੀ ਗੋਰੇ ਐਰੋ ਹੱਥ ਖੜੇ ਕਰਕੇ ਤੇ ਪਛਾਹ ਕੁਰਸੀਆਂ ਤੋਂ ਭੱਜ ਜਾਂਦੇ ਸੀ ਤੇ ਆ ਤੁਸੀਂ ਦੇਖ ਲੈਣਾ ਸੀਨ ਉੱਪਰ ਚੱਲ ਰਿਹਾ ਟੂ ਮਚ ਟੂ ਵਾਚ ਆਈ ਹੈਵ ਨੋ ਆਈਡੀਆ ਹਾਊ ਦੇ ਕੈਨ ਟੌਪ ਇਟ ਬਟ ਦੇ ਗੋਇੰਗ ਟੂ ਗਿਵ ਇਟ ਅ ਰੈਡ ਹੌਟ ਗੋ ਨਾਓ ਲਿਸਨ ਅਪ ਡੂ ਨਾਟ ਟ੍ਰਾਈ ਐਨੀ ਆਫ ਥਿਸ ਐਟ ਹੋਮ ਦੇ ਆਰ ਟ੍ਰਾਈਂਗ ਖਾਲਸਾ ਜੀ ਸੀਨ ਦੇਖਿਓ ਇਹ ਜਿਹੜਾ
आओ खालसा जी, ये सी ऑस्ट्रेलिया दा जेड़ा रीसेंटली आपां करके आए प्रोग्राम, ते जिन्नी भी संगत आ खालसा जी दोनों हाथ खड़े करके जकारा छड़ना जे, क्योंकि बड़ी वड्डी गल हुंदी आ जदों साडी कौम दे साडे देश दे साडे सूरमे जेड़े आ बाहरलियां कंट्रियां दे विच जाके ये गोरियां दे हाथ खड़े करा दिंदे, बड़ी माण वाली गल हुंदी आ। ते आप जी दे सामने करना आ ते मैं जकारा छड़न लगा, सारी संगत जवाब दिओ बोले प्यार का सबूत देंदे दुनिया बेशक वीर
खालसा जी उन्हें कदी फतेह नहीं मिली जेदी जुबान दे फतेह ओदी जहान दे फतेह जेदे बुला उते फतेह ओदी कुला विच फतेह ते जेड़ा फतेह बुलाउण तो संकोच करदा खालसा जी ओदी आत्मा में फतेह बुला जांदी ते ओदी आत्मा में फतेह बुला जांदी।